हां जी तो दोस्तों ਕਿਦਾਂ ਸਾਰਾ ਉਮੀਦ ਕਰਾਂਗਾ ਸਾਰੇ ਵਧੀਆ ਹੋਗੇ ਤੇ ਬਾਈ ਸਿੱਧੂ ਮੂਸੇ ਵਾਲੇ ਦੇ ਦਸਾਂ ਗਾਣਿਆਂ ਦੀ ਵੀ ਸੁਣ ਕੇ ਇੰਡਸਟਰੀ ਦੇ ਵਿੱਚ ਹਲਚਲ ਮਚੀ ਹੈ ਮਤਲਬ ਥਰਥਲੀ ਮਚੀ ਹੋਈ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਉਦੋਂ ਦੀ ਇੱਕ ਵਾਰੀ ਪਹਿਲਾਂ ਵੀ ਵਾਇਰਲ ਹੋਈ ਸੀ ਇਹ ਵੀਡੀਓ ਉਸ ਟਾਈਮ ਦੀ ਹੈ ਜਿਸ ਦਿਨ ਬਾਈ ਸਿੱਧੂ ਮੂਸੇ ਵਾਲੇ ਨੇ ਤੇ ਬਾਈ ਨਿੰਜੇ ਨੇ ਰਾਤੋਂ ਰਾਤ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਦੇ ਅੰਦਰ ਦਸਾਂ ਗਾਣੇ ਦੀ EP ਰੈਡੀ ਕੀਤੀ ਸੀ ਤੇ EP ਰੈਡੀ ਕਰਕੇ ਮੁਰਕੇ ਇੰਜੋਏ ਕਰ ਰਹੇ ਸਨ ਤੇ ਉਹ ਕਲਿੱਪ ਤੁਸੀਂ ਦੇਖਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਬਾਈ ਸਿੱਧੂ ਮੂਸੇ ਵਾਲੇ ਦੇ ਫੈਨਪੇਜਾਂ ਤੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਕਿ ਬਾਈ ਦਸਾਂ ਗਾਣਿਆਂ ਦੀ ਜਿਹੜੀ ਆ ਉਹ EP ਨਹੀਂ ਐਲਬਮ ਬਣ ਜਾਂਦੀਆਂ ਗਾਣੇ ਤੇ ਗਾਣਿਆਂ ਦੀ ਜੇ EPਆਂ ਕੱਲੀਆਂ ਤੇ ਦੋ ਕੱਲੋ ਪੰਜ-ਪੰਜ ਗਾਣੇ ਮਤਲਬ ਤੇ ਇਹ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਪੰਜ ਗਾਣੇ ਜਿਹੜੇ ਨੇ ਮਤਲਬ ਇੱਕ EP ਜਿਹੜੀ ਆ ਐਸਾ ਲਾ ਸਕਦੀ ਆ ਇੱਕ EP ਜਿਹੜੀ ਆ ਇਸ ਤੋਂ ਅਗਲੇ ਸਾਲ ਆ ਸਕਦੀ ਆ ਤੇ ਬਾਈ ਸਿੱਧੂ ਮੂਸੇ ਵਾਲੇ ਦੇ ਫੈਨਾਂ ਦੇ ਵਿੱਚ ਹੋਰ ਮਤਲਬ ਜ਼ਿਆਦਾ ਉਹਨਾਂ ਕਨਰ ਬ ਹਕਤਾ ਬੋਨਾ ਦਾ ਹੋਰ ਹਸਾਬ ਦਾ ਆ ਗਿਆ ਕਿ ਬਾਈ ਸਿੱਧੂ ਮੂਸੇਰੇ ਦੇ 10 ਗਾਣੇ ਰਿਕਾਰਡ ਹੋਏ ਪੈਨੇ ਮਤਲਬ ਇਹ ਕਿ ਐਲਬਮ ਜਾਂ ਇੱਕ ਜਾਂ ਦੋ ਈਪੀ ਜਿਹੜੀ ਉਹਨੂੰ ਕਹਿ ਸਕਦੇ ਕੋਈ ਸਿਰ ਰਿਕਾਰਡ ਹੋਈ ਪਈ ਹੈ ਤੇ ਇਹਨੂੰ ਜਿਹੜਾ ਇਹ ਕੇਸ ਹਾਬ ਨਾ ਉਹਨਾਂ ਨੂੰ ਅਪਲੋਡ ਕਰਨਾ ਜਾਂ ਕੀ ਕੀ ਕਰਨਾ ਗਾਣੇ ਦੀ ਤਰਤਲੀ ਜਿਹੜੀ ਉਹਦੇ ਵਿੱਚ ਪਈ ਆ ਤੇ ਜਦੋਂ ਇੰਡਸਟਰੀ ਦੇ ਵਿੱਚ ਗਾਣੇ ਆਉਣੇ ਆ ਉਹਦੇ ਤਾਂ ਹੋਰ ਤਰਤਲੀ ਮਚ ਜਾਣੀ ਆ ਤੇ ਬਾਕੀ ਸਿੱਧੂ ਫੈਨ ਦੇ ਜਿਹੜੇ ਪੇजेस ਨੇ ਉਹਨਾਂ ਨੂੰ ਪੁਸ਼ਟੀ ਕੀਤੀ ਜਾ ਰਹੀ ਹੈ ਉਹ ਕਹਿ ਰਹੇ ਨੇ ਬਾਈ ਕਿ ਗਾਣਾ ਜਿਹੜਾ ਬਾਈ ਦੇ ਲਿਮਟਿਡ ਗਾਣੇ ਨੇ ਮਤਲਬ ਕਿ ਚੁਣੇ-ਚੁਣੇ ਗਾਣੇ ਰਹਿ ਗਏ ਜਿਵੇਂ ਅੱਗੇ ਹੋ ਰਹੇ ਨੇ ਬਾਈ ਸਿੱਧੂ ਮੂਸੇ ਦਾ ਗਾਣੇ 6 6 ਮਹੀਨੇ ਦੇ ਬਕਫੇ ਦੇ ਨਾਲ ਤੇ ਇਹ ਵੀਡੀਓ ਕਹਿੰਦੀ ਲੱਗੀ ਸਾਰੇ ਵੀਰ ਸ਼ੇਅਰ ਕਰਕੇ ਲਾਜ਼ਮੀ ਦੱਸਿਓ ਤੇ ਨਾਲੇ ਦੱਸਿਓ ਕਿ ਬਾਈ ਇਹ ਪੀ ਜਰੀਏ ਕਦੋਂ ਆਰੀ ਜਸਵੀਰ ਨੂੰ ਪਤਾ ਹੈ ਉਹ ਲਾਜ਼ਮੀ ਕਮੈਂਟ ਕਰਕੇ ਦੱਸੇ ਸ਼ੁਕਰੀਆ ਜੀ